ਖਵਾਉਣ ਪਿਆਉਣ ਦੀ ਗੱਲ ਇੱਕ ਤੇ ਇਸ ਪਿੱਛੇ ਧਾਰਨਾ ਕੰਮ ਕਰਦੀ ਹੈ ਜਿਵੇਂ ਆਪਣੇ ਸਮਾਜ 'ਚ ਚੱਲਦਾ ਹੁੰਦਾ ਵੀ ਯਾਰ ਕੁਛ ਜਿਹੜੀਆਂ ਰੂਹਾਂ ਨੇ ਉਹ ਭਟਕਦੀਆਂ ਰਹਿੰਦੀਆਂ ਇੱਥੇ ਹੀ ਰਹਿੰਦੀਆਂ ਕੁਛ ਦੀ ਗਤੀ ਹੋ ਜਾਂਦੀ ਹੈ ਕੁਛ ਉੱਥੇ ਸਵਰਗਾਂ 'ਚ ਵਾਸਾ ਹੋ ਗਿਆ ਨਰਕਾਂ 'ਚ ਚਲੀਆਂ ਗਈਆਂ ਪਿੱਤਰਾਂ ਦੀ ਰੋਟੀ ਖਵਾਉਣ ਪਿੱਛੇ ਇੱਕ ਧਾਰਨਾ ਤਾਂ ਚੱਲਦੀ ਪਈ ਹੈ ਵੀ ਆਪਾਂ ਉਹਨਾਂ ਨੂੰ ਖੁਸ਼ ਰੱਖੀਏ ਕਿਤੇ ਆਪਣੇ ਇੱਥੇ ਪਰਿਵਾਰ 'ਚ ਕੋਈ ਵਿਘਨ ਵੁਘਨ ਨਾ ਪਾ ਦੇਣ। ਕਿਹਾ ਵੀ ਜਾਂਦਾ ਵੀ ਜੇ ਐਤਕੀ ਰੋਟੀ ਖਵਾਉਣੀ ਭੁੱਲ ਗਈ ਸੀ ਜਾਂ ਲੇਟ ਹੋ ਗਈ ਸੀ ਨੁਕਸਾਨ ਹੋ ਗਿਆ। ਇੱਕ ਤਾਂ ਇਹ ਦੂਜਾ ਪਾਸਾ ਇਹਦਾ ਉਹ ਹੈ ਕਿ ਪੁਜਾਰੀ ਵਰਗ ਨੇ ਚੰਗਾ ਚੋਖਾ ਵਧੀਆ ਮਲਾਈ ਵਾਲਾ ਖਾਣ ਵਾਸਤੇ ਇਹ ਸਾਰਾ ਕੁਛ ਸਿਰਜਿਆ ਵੀ ਜਿੰਨਾ ਕੁਛ ਤੁਸੀਂ ਵਧੀਆ ਵਧੀਆ ਪਕਵਾਨ ਬਣਾ ਕੇ ਪਿੱਤਰਾਂ ਨੂੰ ਖਵਾਓਗੇ ਉਹ ਕੁਝ ਹੀ ਉਹਨਾਂ ਨੂੰ ਤਾਂ ਜਾਊਗਾ ਹੀ ਜਾਊਗਾ ਉਹ ਕੁਝ ਫਿਰ ਤੁਹਾਨੂੰ ਇੱਥੇ ਵੀ ਪ੍ਰਾਪਤ ਹੋਊਗਾ ਉਹ ਸੁੱਖ ਸਹੂਲਤਾਂ ਉਹ ਸਾਰਾ ਕੁਛ ਇੱਥੇ ਪ੍ਰਾਪਤ ਤੁਹਾਨੂੰ ਹੋਊਗਾ। ਇਹ ਦੋਨਾਂ ਗੱਲਾਂ 'ਚੋਂ ਹੀ ਬੰਦਾ ਲਾਲਚ ਵੀ ਸਾਨੂੰ ਵੀ ਮਿਲ ਜੂ ਉਹੀ ਕੁਛ ਅਤੇ ਡਰ ਵੀ ਕਿਤੇ ਉਹ ਸਾਡੇ ਨਾਲ ਗੁੱਸੇ ਗੁੱਸੇ ਹੋ ਕੇ ਕਿਤੇ ਸਾਡੇ ਘਰ ਦਾ ਨੁਕਸਾਨ ਨਾ ਕਰਦੇ। ਪਰ ਜੇ ਦੂਜਾ ਪਾਸਾ ਦੇਖਣਾ ਹੋਵੇ ਆਪਾਂ ਕਿਸੇ ਵੀ ਬੰਦੇ ਦੀ ਪਰਿਵਾਰਕ ਜ਼ਿੰਦਗੀ ਵੇਖਣੀ ਹੋਵੇ ਜਿਨ੍ਹਾਂ ਨੂੰ ਭੋਜਨ ਛਕਾ ਕੇ ਜਿਨ੍ਹਾਂ ਤੋਂ ਅਸੀਂ ਇਸ ਘਰ ਵੱਲ ਇਹ ਸੋਚਦੇ ਹਾਂ ਵੀ ਇਹਨਾਂ ਦੀ ਸਵੱਲੀ ਨਜ਼ਰ ਰਹੇ ਆਪਾਂ ਜਾਣਦੇ ਹਾਂ ਵੀ ਜੇ ਕੋਈ ਬੰਦਾ ਬਜ਼ੁਰਗ ਹੋ ਜੇ ਕਿੰਨੀ ਵੀ ਉਮਰ ਹੋ ਜੇ ਜਿੰਨਾ ਚਿਰ ਇਹਦੇ ਹੱਡ ਪੈਰ ਚੱਲਦੇ ਆ ਉਹ ਤੁਰਿਆ ਫਿਰਦਾ ਜੇ ਉਹਨੂੰ ਰਸਤੇ 'ਚੋਂ ਕੋਈ ਡੱਕਾ ਕਾਨਾ ਛਿਟੀ ਦਾ ਕੋਈ ਟੁਕੜਾ ਲੱਕੜੀ ਦਾ ਟੁਕੜਾ ਵੀ ਦਿਸ ਜੇ ਉਹ ਉਹਨੂੰ ਚੱਕ ਲੈਂਦਾ ਦੋ ਗੱਲਾਂ ਕਰਕੇ ਇੱਕ ਤਾਂ ਵੀ ਕਿਸੇ ਦੇ ਪੈਰ 'ਚ ਵੱਜੂ ਅੜਕੂ ਨੁਕਸਾਨ ਕਰੂ ਦੂਜਾ ਇਹ ਵੀ ਘਰੇ ਲਿਆਉਂਦਾ ਚੁੱਲ੍ਹੇ 'ਚ ਵੀ ਕੰਮ ਆਊਗਾ ਇਹ ਜਾਣੀ ਕਹਿਣ ਦਾ ਮਤਲਬ ਕੀ ਵੀ ਉਹ ਆਖਰੀ ਸਾਹ ਤੱਕ ਵੀ ਉਸ ਘਰ ਪਰਿਵਾਰ ਲਈ ਸੋਚਦਾ ਰਹਿੰਦਾ। ਪਹਿਲੀ ਗੱਲ ਤਾਂ ਅਜਿਹਾ ਕੁਛ ਆਤਮਾ ਵਾਲਾ ਰੂਹਾਂ ਵਾਲਾ ਭਟਕਣ ਵਾਲਾ ਚੱਕਰ ਹੀ ਨਹੀਂ ਮੰਨ ਲਈਏ ਹੋਵੇ ਵੀ ਫਿਰ ਜੇ ਕੋਈ ਇਹੋ ਜਿਹਾ ਸਾਡਾ ਵੱਡਾ ਵਡੇਰਾ ਹੈ ਜਿਹੜਾ ਮਰਦੇ ਦਮ ਤੱਕ ਪਰਿਵਾਰ ਲਈ ਸਾਰਾ ਕੁਛ ਕਰਦਾ ਰਿਹਾ ਭਲਾ ਫਿਰ ਉਹ ਮਰ ਕੇ ਕਿਉਂ ਤੰਗ ਕਰੋ। ਜਾਣੀ ਇਹ ਧਾਰਨਾਵਾਂ ਤਾਂ ਸਾਰੀਆਂ ਬਣਾਈਆਂ ਪੁਜਾਰੀ ਵਰਗ ਨੇ ਆਪਣੇ ਆਪ ਸਮੇਟਣ ਲਈ ਖਾਣ ਪੀਣ ਲਈ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਬੰਦਾ ਕੁਛ ਵੀ ਆ ਹੁਣ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਫਲਾਨੇ ਕਿਸੇ ਨੂੰ ਵੀ ਮੰਨਦੇ ਹਾਂ ਉਹਦੇ ਚਿਰਾਗ ਨਹੀਂ ਲਗਾਏ ਜਾਂ ਉਹਦੀ ਕੋਈ ਪੂਜਾ ਨਹੀਂ ਮੰਨਤਾ ਨਹੀਂ ਕੀਤੀ ਉਹ ਗੁੱਸੇ ਹੋ ਗਿਆ ਵੀ ਜੇ ਤਾਂ ਉਹ ਅਸਲ ਦੇ ਵਿੱਚ ਉਹ ਰੱਬ ਹੈ ਜਾਂ ਪਰਮਾਤਮਾ ਹੈ ਫਿਰ ਤਾਂ ਗੁੱਸਾ ਉਹਦਾ ਫਰਜ਼ੀ ਨਹੀਂ ਜੀ। ਤੇ ਜੇ ਜਿਵੇਂ ਬਜ਼ੁਰਗਾਂ ਤੇ ਆ ਜਾਈਏ ਵੀ ਜੇ ਉਹ ਵਾਕਈ ਘਰ ਦਾ ਤੁਸੀਂ ਕਿਹਾ ਕਿ ਉਹ ਘਰ ਬਾਰੇ ਤਾਂ ਸਾਰੀ ਜ਼ਿੰਦਗੀ ਸੋਚਦਾ ਫਿਰ ਉਹ ਨਾਰਾਜ਼ ਕਿਵੇਂ ਹੋ ਜੂਗਾ ਜੀ। ਦੇਖੋ ਨਾ ਨਾਰਾਜ਼ ਹੋਣਾ ਕਿਸੇ ਨਾਲ ਉਹ ਸਾਡੀਆਂ ਉਹ ਧਾਰਨਾਵਾਂ ਵੀ ਅਸਲ ਦੇ ਵਿੱਚ ਮਰਨ ਤੋਂ ਬਾਅਦ ਬੰਦੇ ਦੀ ਜਿਹੜੀ ਆਤਮਾ ਉਹਨੇ ਕਿਹਾ ਤਾਂ ਭਾਵੇਂ ਇਕੱਲੀ ਆਤਮਾ ਜਾਂਦਾ ਪਰ ਨਾਲ ਉਹਦੇ ਪ੍ਰਚਲਿਤ ਇਹ ਵੀ ਹੈ ਵੀ ਉਹ ਜੀ ਉੱਥੇ ਰਹਿੰਦਾ ਚਾਹੇ ਸੁਰਗਾਂ 'ਚ ਚਾਹੇ ਨਰਕਾਂ 'ਚ ਉੱਥੇ ਉਹਨੂੰ ਭੁੱਖ ਤੇ ਵੀ ਲੱਗਦੀ ਹੈ ਉੱਥੇ ਉਹਨੂੰ ਲੀੜਾ ਕੱਪੜਾ ਵੀ ਚਾਹੀਦਾ ਉੱਥੇ ਉਹਨੂੰ ਦਵਾਈ ਬੂਟੀ ਵੀ ਚਾਹੀਦੀ ਹੈ ਉੱਥੇ ਉਹਨੂੰ ਸੋਹਣੇ ਸੋਹਣੇ ਗਹਿਣੇ ਵਸਤਰ ਵੀ ਚਾਹੀਦੇ ਆ ਪੇਸ਼ੇ ਕੀਤਾ ਜਾਂਦਾ ਮਤਲਬ ਉਹਦਾ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਿਆ ਵੀ ਦਾਨ ਪੁੰਨ ਦੇ ਨਾਂ 'ਤੇ ਇੱਥੋਂ ਤੱਕ ਵੀ ਹੁੰਦਾ ਰਿਹਾ ਵੀ ਗਾਂ ਦਾਨ ਕਰੋ ਬਈ ਉੱਥੇ ਚਾਹੀਦੀ ਆ ਦੁੱਧ ਦੀ ਲੋੜ ਆ ਹੋਰ ਇਹੋ ਜਿਹੀਆਂ ਕਿੰਨੀਆਂ ਗੱਲਾਂ ਜਾਂ ਕਿਸੇ ਮਿੱਥੇ ਦੇ ਨਾਂ ਦੇ ਉੱਤੇ ਵੀ ਤੁਸੀਂ ਕਿਸੇ ਨੂੰ ਸੱਦ ਕੇ ਆਪਦੇ ਪੁਰੋਹਿਤ ਨੂੰ ਆਪਦੇ ਕਿਸੇ ਵੀ ਉਸ ਨੂੰ ਜਿਹਨੂੰ ਤੁਸੀਂ ਮੰਨਦੇ ਹੋ ਵੀ ਉਹਨੂੰ ਜਿਹੜਾ ਉਹ ਭੋਜਨ ਪ੍ਰਸ਼ਾਦ ਵਗੈਰਾ ਵਧੀਆ ਭੋਜਨ ਉਹਨੂੰ ਛਕਾਓ ਅਤੇ ਤਾਂ ਕਿ ਉਹ ਤੁਹਾਡੇ ਪਿੱਤਰ ਖੁਸ਼ ਰਹਿਣ ਅਤੇ ਤੁਹਾਡੇ ਘਰ 'ਚ ਖੁਸ਼ਹਾਲੀ ਬਣੀ ਰਹੇ ਖੁਸ਼ਹਾਲੀ ਜਿਹੜੀ ਇਹਦੇ ਨਾਲ ਇੱਕ ਗੱਲ ਜਿਹੜੀ ਸਾਡੀਆਂ ਉਹੀ ਧਾਰਨਾਵਾਂ 'ਚ ਹੀ ਉਹ ਪਈ ਹੈ ਕਿ ਬੰਦਾ ਇੱਥੇ ਜਦੋਂ ਮਰ ਜਾਂਦਾ ਉਹਦਾ ਫਿਰ ਉੱਥੇ ਜਾ ਕੇ ਵਾਸਾ ਹੁੰਦਾ ਉਹਨੂੰ ਵੀ ਇੱਥੋਂ ਵਾਂਗੂ ਹੀ ਭੁੱਖ ਅਤੇ ਸਾਰੀਆਂ ਪਦਾਰਥਕ ਚੀਜ਼ਾਂ ਦੀ ਲੋੜ ਹੁੰਦੀ ਹੈ ਉਹਦੀ ਫਿਰ ਪੂਰਤੀ ਲਈ ਬੰਦਾ ਇਹ ਕਰਦਾ ਵੀ ਭਾਈ ਕਿਤੇ ਉਹਦੀ ਆਪਾਂ ਕਰੋਪੀ ਦਾ ਕਹਿ ਲਈਏ ਜਾਂ ਉਹਨੂੰ ਕਿਸੇ ਵੀ ਤਰੀਕੇ ਨਾਲ ਉਹਦੀ ਨਾਰਾਜ਼ਗੀ ਦਾ ਆਪਾਂ ਸ਼ਿਕਾਰ ਨਾ ਹੋਵੇ।